दोस्तों ये आपां तुहानूं शाह स्टार्ट फार्म दे सारे जानवर दिखाउण लगे इस वीडियो दे विच। बहुत बहुत स्वागत है दोस्तों तुहाडा अपने नवीं वीडियो दे विच, जो कि आपां इस स्टार्ट फार्म दी अगला पार्ट है कि तुसीं दो पार्ट देख चुके होवोगे। तो इस दे विच आपां सारे जानवरां दी डिटेल देनी आ, किहड़े किहड़े जानवर रखे होए ने। नाल साडे मौजूद आ नवजोत सिंह जोता साहब शाह स्टार्ट फार्म दे। ते भाई जी सत श्री अकाल सारे। सत श्री अकाल जी। जी हां जी। सर पहला पहाण के तो स्टार्ट करिए, अपने घोड़ियां तो स्टार्ट कर लिए सारे जिन्होंने दिखाने आप। हाँ जी हाँ जी जी, घोड़ियां तो स्टार्ट कर लो जी। ठीक है जी। तो किवें दा लगदा पिया, शौक रख के जां कदों कदा रखते पए, किवें? शौक है जी, मेरे डैडी नूं जाने का अपने खून च ही है जी शौक है। ठीक है हाँ जी। तो गाड़ी पर करार रखा? हाँ गाड़ी रखा जी। ठीक है जी। आज दोस्तों तुहानूं हुण डिटेल दिंदे, पिछे जो अपने घोड़ी खड़ी है उसके बारे भाई को पुछदे आ की डिटेल आ, कि लाइन की आ, की उम्र है? हाँ जी दसो बाई जी। तुम बाई जी अं खरीदी इतों बाजी राजू टरपई वाले को जी। हाँ तो ब्लड लैन का नहीं पता, यह असी बरातों वास्ते खरीदी घोड़ी। ठीक है। हाँ जी। तो की हाइट हूट वाह काफ़ी की है ना? की हाइट है जी? हाइट यदि 62 इंच है जी। ठीक। हाँ जी। तो अपने फार्म से सर किन्ने के टोटल जानवर है इस समय? इस मौके अपने को जी 6 जानवर से, एक सेल हो गया जी घोड़ा आस्ट्रेलियन जी। हाँ जी। इस मौके 5 जानवर है अपने को। ਠੀਕ ਹੈ ਜੀ। ਤੇ ਇੱਕ ਆਪਣੇ ਕੋਲ ਵੀ ਸ਼ੇਰਾ ਜਿਹੜਾ ਆਪਾਂ ਅੱਗੇ ਵੀਡੀਓ ਦੇ ਦਿਖਾਇਆ ਦੱਸਿਆ ਜੀ ਇਹਦੇ ਬਾਰੇ। ਤੇ ਘੋੜੀਆਂ ਆਪਣੇ ਕੋਲ ਕਿੰਨੀਆਂ ਜੀ? 4 ਜੀ। 4 ਘੋੜੀਆਂ ਜੀ। ਠੀਕ ਹੈ। ਹਾਂਜੀ। ਤੇ ਆਹ ਜਿਹੜੀ ਘੋੜੀ ਹੈ ਇਹ ਕਿਹੜੀ ਲੈਣ ਦੀ ਹੈ? ਇਹ ਮੱਝੂ ਕਲਿਆਣ ਦੀ ਘੋੜੀ ਹੈ ਜੀ, 4 ਦੰਦ ਬੱਚੀ ਹੈ ਜੀ, 60+ ਹਾਈਟ ਹੈ ਇਹਦੀ। ਠੀਕ ਹੈ ਜੀ। ਹਾਂਜੀ। ਤੇ ਗਾੜੀ ਗੱਬਣ ਹੈ ਜੀ, ਕਰਾਤੀ ਹੈ ਜੀ। ਠੀਕ ਹੈ। ਕਿਹੜੇ ਘੋੜੇ ਤੋਂ ਗੱਬਣ ਕਰਾਈ ਜੀ? ਇਹ ਆਪਣੇ ਕੋਲ ਕਾਲਾ ਡੱਬਾ ਮਾਰਵਾੜੀ ਘੋੜਾ ਹੈ। ਹਾਂਜੀ। ਤੇ ਚੱਕ ਪਾਸ ਹੋਣ ਵਾਲੀ ਹੈ। ਠੀਕ ਹੈ, ਚੱਕ ਹੋਣ ਵਾਲੀ ਹੈ। ਹਾਂ। ਤੇ ਇਸ ਤੋਂ ਅੱਗੇ ਜਿਹੜੀ ਆਪਣੀ ਉਹ ਪਿੱਛੇ ਇਹ ਘੋੜੀ ਜਦੋਂ ਕੋਲ ਲਿਆਂਦੀ ਸੀ ਉਹ ਕਹਿੰਦਾ ਮੱਝੂ ਕੇ ਬਲੱਡ ਲੈਂਦੀ ਆ, ਹੁਣ ਇਹਨਾਂ ਨਹੀਂ ਪਤਾ ਵੀ ਕਿਸ ਘੋੜੇ ਦੀ ਬੱਚੀ ਆ। ਚਾਲ ਬਹੁਤ ਚੱਲਦੀ ਆ, 35 ਤੋਂ ਵੱਧ ਤੁਰਦੀ ਘੋੜੀ। ਠੀਕ ਹੈ। ਹਾਂਜੀ। ਇੱਕ ਆਪਣੇ ਕੋਲ ਇਸ ਘੋੜੀ ਦੇ ਬੈਕ ਸਾਈਡ ਦੇ ਵਿੱਚ। ਹਾਂਜੀ ਉਹ ਘੋੜੀ ਆ ਜੀ, ਇਹ ਅਸੀਂ ਬਟਾਲੇ ਤੋਂ ਲਈ ਆ ਜੀ। ਹਾਂਜੀ ਬਟਾਲੇ ਤੋਂ ਬਰਾਤਾਂ ਚੜ੍ਹਾਉਂਦੇ ਨੇ ਭਾਅ ਜੀ, ਮਾਸਟਰ 'ਚ ਵੱਜਦੇ ਨੇ, ਉਹਨਾਂ ਕੋਲ ਇਹੀ ਘੋੜੀ ਆਪਾਂ। ਠੀਕ ਹੈ ਜੀ। ਹਾਂਜੀ। ਤੇ ਇਹ ਸਾਰੇ ਜਿਹਨਾਂ ਪਰਚੇਜ਼ ਕੀਤੇ ਹੋਏ ਆਪਣੇ? ਹਾਂ ਆਪਾਂ ਪਰਚੇਜ਼ ਕੀਤੇ ਹੋਏ ਜੀ। ਠੀਕ ਹੈ। ਤੇ ਗਾੜੀ ਆਪਣਾ ਆ ਗਿਆ ਉਹ ਸ਼ੇਰਾ? ਹਾਂਜੀ। ਜਿਹੜਾ ਤੁਸੀਂ ਗਾੜੀ ਬਸ਼ੇਰਾ ਜੀ, ਆਪਾਂ ਬੱਚਾ ਲਿਆ ਸੀ, ਜੋੜਾ ਹੀ ਲਿਆ ਸੀ, ਇਹਦੀ ਮਾਂ ਵੀ ਨਾਲ ਸੀ। ਹਾਂਜੀ ਉਦੋਂ ਇਹ ਬਸ਼ੇਰਾ 9 ਮਹੀਨੇ ਦਾ ਸੀ ਜਦੋਂ ਆਪਾਂ ਲਿਆ ਸੀ। ਹਾਂ ਮਦਰ ਇਹਦੀ ਆਪਣੇ ਕੋਲ ਗਾੜੀ, ਫਿਰ ਆਪਣੀ ਪ੍ਰੈਗਨੈਂਟ ਕਰਾਈ ਆ, ਉਹ ਅਸੀਂ ਦੁਸ਼ਹਿਰੇ ਮੰਡੀ ਮੁਕਤਸਰ ਵੇਚਤੀ ਸੀ। ਠੀਕ ਹੈ। ਹਾਂਜੀ ਦੋਸਤੋ ਆਜੋ ਆਪਾਂ ਗਾੜੀ ਵੀ ਦਿਖਾਉਂਦੇ ਹਾਂ। ਬਾਈ ਹੁਣਾਂ ਦਾ ਸ਼ੌਂਕ ਕਾਫੀ ਵੱਲੇ ਆ, ਘੋੜੀਆਂ ਦਾ ਸ਼ੌਂਕ ਤੁਸੀਂ ਦੇਖ ਲਿਆ, ਡਿਟੇਲ ਤੁਹਾਨੂੰ ਦੱਸੀ ਆ ਵੀ ਕਿਵੇਂ ਦੇ ਜਾਨਵਰ ਰੱਖੇ ਹੋਏ, ਕਿਹੜੀ ਲੈਣ ਦੇ ਆ। ਬਾਕੀ ਵੀ ਆਪਾਂ ਇਹਨਾਂ ਕੋਲ ਨੌਲੇਜ ਲਵਾਂਗੇ ਕਿਹੜੇ ਕਿਹੜੇ ਜਾਨਵਰ ਕਿੱਦਾਂ ਦੇ ਪਾ ਰਹੇ, ਕੀ ਸਾਂਭ ਸੰਭਾਲ ਹੁੰਦੀ ਆ। ਤੇ ਬਾਈ ਜਿਵੇਂ ਆਹ ਇੱਕ ਟਰਾਲੀ ਜੀ ਦਿਖਦੀ ਪਈ ਆ, ਇਹ ਦੱਸੋ ਇਹਦੇ ਬਾਰੇ ਕਿਹਨਾਂ ਵਾਸਤੇ ਯੂਜ਼ ਕੀਤੀ ਜਾਂਦੀ? ਅਸੀਂ ਜੀ ਇਹ ਘੋੜੀਆਂ ਵਾਸਤੇ ਲਈ ਆ ਜੀ। ਅਸੀਂ ਇੱਥੇ ਡੇਰੇ ਬਾਬੇ ਨਾਨਕ ਲਾਗੇ ਪਿੰਡ ਵੱਜਦਾ ਤੇ ਸ਼ਾਹਪੁਰ ਗਰਾਇਆ, ਅਸੀਂ ਮੈਂ ਬਰਾਤ ਕਰਾਉਣ ਗਿਆ ਸੀ, ਮੈਂ ਇੱਥੇ ਲੱਗੀ ਕਿੱਦੇ ਘਰੇ ਵੇਖੀ, ਮੈਂ ਉਹਨਾਂ ਨੂੰ ਪੁੱਛਿਆ ਤੇ ਉਹ ਆਂਦੇ ਅਸੀਂ ਸੇਲ ਕਰ ਦਾਂਗੇ, ਅਸੀਂ ਉੱਥੋਂ ਲਈ ਆ ਜੀ। ਠੀਕ ਹੈ। ਤੇ ਕੀ ਸਾਈਜ਼ ਵਗੈਰਾ ਦੇ ਵਿੱਚ ਆਉਂਦੀ ਹੈ, ਤੇ ਆਪ ਤਿਆਰ ਕਰਨੀ ਪੈਂਦੀ ਜਾਂ ਕਿਸੇ ਕੰਪਨੀ ਵੱਲੋਂ ਬਣ ਕੇ ਆਉਂਦੀ? ਨਹੀਂ ਜੀ ਅਸੀਂ ਆਪ ਨਹੀਂ ਤਿਆਰ ਕਰਾਈ, ਅਸੀਂ ਖਰੀਦੀ ਆ ਜੀ ਇਹ। ਹਾਂ ਪਿੱਛੋਂ ਇਹ ਡੇਰੇ ਬਾਬੇ ਨਾਨਕ ਕੋਲੋਂ ਕਿਸੇ ਫਾਰਮ ਵਾਲਿਆਂ ਨੇ ਬਣਵਾਈ ਸੀ ਤੇ ਅਸੀਂ ਮੁੱਲ ਖਰੀਦੀ ਆ ਜੀ। ਠੀਕ ਹੈ। ਤੇ ਅੱਜ ਵੀ ਇਦਾਂ ਦੀ ਮਤਲਬ ਤਿਆਰ ਕਰਵਾ ਸਕਦੇ ਆਪਾਂ ਜੀ? ਹਾਂਜੀ ਇਹ ਤਿਆਰ ਹੋ ਸਕਦੀ ਆ ਜੀ ਇਹਦੀ, ਇਹਦੀ ਕੋਈ ਫੋਟੋ ਖਿੱਚ ਲੇ ਜਾਂ ਕੋਈ ਮਕੈਨਿਕ ਨੂੰ ਲਿਆ ਕੇ ਦਿਖਾ ਦੇ। ਹਾਂ ਬਿਲਡਿੰਗ ਵਾਲੇ ਨੂੰ ਜਿਹੜਾ ਲੋਹੇ ਦਾ ਕੰਮ ਕਰਦਾ ਤੇ ਉਹ ਇਦਾਂ ਐਵੇਂ ਦੀ ਤਿਆਰ ਕਰ ਸਕਦਾ। ਤੇ ਇਹਦੇ ਬਾਈ ਦੱਸੀ ਮਤਲਬ ਥੱਲੇ ਮਤਲਬ ਕੀ ਆ, ਬੈਲਟਾਂ ਵਗੈਰਾ ਕੀ? ਇਹਦੀ ਪਟੇ ਆ ਜੀ, ਇਹਨੂੰ ਕਮਾਨੀਆਂ ਕਹਿ ਦਿੰਦੇ ਆਪਾਂ ਜੀ। ਹਾਂਜੀ ਤੇ ਨਾਲ ਸ਼ੌਕਰ ਲੱਗੇ ਆ ਬਲੈਰੋ ਗੱਡੀ ਦੇ। ਠੀਕ ਹੈ। ਹਾਂਜੀ ਤੇ ਟਾਇਰ ਕਿਹੜੇ ਪਾਏ ਆਪਾਂ ਇਹਨਾਂ ਨੂੰ? ਟਾਇਰੇ ਬਲੈਰੋ ਗੱਡੀ ਦੇ ਜੀ। ਹਾਂਜੀ ਟਾਇਰ ਵੀ ਬਲੈਰੋ ਗੱਡੀ ਦੇ ਆ। ਹਾਂਜੀ ਤੇ ਇਹਦੇ ਵਿੱਚ ਕਿੰਨੇ ਕ ਘੋੜੀਆਂ ਜਿਹੜੀਆਂ ਵੀ ਆਪਾਂ ਨੋਰਮਲ ਵਿੱਚ ਕਰ ਲੈਂਦੇ? 2 ਘੋੜੀਆਂ ਕੰਫਰਟੇਬਲ ਆ ਜਾਂਦੀਆਂ ਵੱਡੀਆਂ। ਠੀਕ ਹੈ। ਤੇ ਆਸਟ੍ਰੇਲੀਅਨ 1 ਹੀ ਹੁੰਦਾ ਲੋਡ ਇਹਦੇ ਵਿੱਚ ਤੇ ਬਾਕੀ ਬੱਚੇ 4 ਹੋ ਜਾਂਦੇ ਛੋਟੇ ਜੇ ਸਾਲ ਕਦੇ ਹੋਣ ਤੇ। ਜੀਪ ਜਿਹਨੂੰ ਕਹਿ ਦਿੰਦੇ ਦੇਸੀ ਤਰੀਕੇ ਨਾਲ ਆਪਾਂ ਜੀਪ ਕਹਿ ਦਿੰਦੇ ਆ, ਉਹ ਗਾੜੀ ਪਾਉਂਦੇ ਆਪਾਂ। ਠੀਕ ਹੈ ਜੀ। ਜੀਪ ਦੇ ਨਾਲ ਜਿਹੜੀ ਕਿ ਚੱਲਦੀ ਆ ਤੇ ਮੈਂ ਕਹੂੰਗਾ ਜੁਗਰਾਜ ਜੀ ਤੁਸੀਂ ਮਤਲਬ ਸਾਰਾ ਕਲੀਅਰ ਇੱਕ ਦਿਖਾ ਦਿਓ ਦੋਸਤਾਂ ਨੂੰ, ਪਤਾ ਲੱਗੇ ਕਿਵੇਂ ਦੀ ਬਣੀ ਆ, ਬਹੁਤ ਸ਼ਾਨਦਾਰ ਬਣਾਈ ਹੋਈ ਆ। ਤੇ ਬਾਕੀ ਆਪਾਂ ਕੰਬਾਈਨ ਵਗੈਰਾ ਵੀ ਰੱਖੀ ਹੋਈ ਹੈ, ਇਹ ਵੀ ਵਾਢੀ ਵਗੈਰਾ ਵੀ ਕਰਦੇ ਨਾਲ? ਹਾਂਜੀ ਹਾਰਵੈਸਟਰ ਦਾ ਕੰਮ ਕਰਦੇ ਆ ਜੀ ਵਾਢੀ ਦਾ। ਠੀਕ ਹੈ ਜੀ। ਤੇ ਬਾਹਰ ਆਪਾਂ ਸੰਗਰੂਰ ਸੀਜ਼ਨ ਲਾਉਣ ਜਾਂਦੇ ਆ, ਇੱਥੇ ਤਾਂ ਅਸੀਂ ਸੰਗਰੂਰ ਜਾਂਦੇ ਆ ਜੀ, ਯੂਪੀ ਵਗੈਰਾ ਨਹੀਂ ਆਪਾਂ ਜਾਂਦੇ। ਠੀਕ ਹੈ ਜੀ। ਤੇ ਮਤਲਬ ਇਹ ਤੁਸੀਂ ਕਰਦੇ ਪਏ ਆ ਵਾਢੀ, ਆਪਣੀ ਕਿਸਾਨੀ ਵੀ ਨਾਲ ਕਰਦੇ ਪਏ, ਖੇਤੀਬਾੜੀ ਸ਼ੌਂਕ ਦੇ ਨਾਲ ਨਾਲ ਪਾਲਦੇ ਪਏ ਆ। ਆਜੋ ਦੋਸਤੋ ਤੁਹਾਨੂੰ ਦਿਖਾਉਂਦੇ ਆ, ਉਹ ਸਾਈਡ ਤੇ ਇੱਕ ਬਾਈ ਤੁਹਾਡੇ ਮੋਰ ਵੀ ਰੱਖੇ ਹੋਏ ਨੇ, ਜੁਗਰਾ ਦਿਖਾਇਓ ਮਾੜਾ ਜਿਹਾ ਉੱਧਰ, ਉਹ ਮੋਰ ਵੀ ਦੇਖਿਓ ਪੈਲ ਪਾ ਰਿਹਾ ਏ ਕਿੰਨਾ ਸ਼ਾਨਦਾਰ।
ਅੱਗੇ ਹੋ ਗਿਆ ਦਿਖਾਈ ਵੀਰ ਮੇਰੇ ਇਹ ਵੀ ਬਾਈ ਸ਼ੌਂਕ ਨੇ ਪਾਲੇ ਨਹੀਂ ਬਾਈ ਜੀ ਸ਼ੌਂਕ ਨਾਲ ਨਹੀਂ ਪਾਲੇ ਇਹਨਾਂ ਦੀ ਮਾਤਾ ਇੱਧਰ ਜਿੰਨਾ ਜਾਣੇ ਕਿ ਇਹਨਾਂ ਦੀ ਮਦਰ ਕਹਿ ਸਕਦੇ ਆਪਾਂ ਇਹ ਬੱਚੇ ਲੈ ਕੇ ਆਏ ਸੀਗੀ ਤੇ ਕੁਛ ਬੱਚੇ ਇੱਥੇ ਛੱਡੇ ਗਏ ਨੇ ਜਾਣੀ ਕਿ ਛੋਟੇ ਜਿਹੇ ਬੱਚੇ ਉਹ ਤੇ ਉਹ ਆਪਣਾ ਰਸਤਾ ਭੁੱਲ ਗਏ ਮਦਰ ਜਿਹੜੇ ਇੱਕ ਦੋ ਬੱਚੇ ਨਾਲ ਲੈ ਗਈ ਤੇ ਦੋ ਤਿੰਨ ਦਿਸ਼ੇ ਛੱਡ ਗਈ ਆ ਤੇ ਉਹਦਾ ਮਦਰ ਇਹਨਾਂ ਦੀ ਇਹਨਾਂ ਨੂੰ ਲੈਣ ਆਉਂਦੀ ਵਾਪਸ ਫਿਰ ਤੇ ਪਰ ਇਹ ਜਾਂਦੇ ਨਹੀਂ ਹੈਗੇ ਗਰਮੀਆਂ ਦੇ ਵਿੱਚ ਮਦਰ ਇਹਨਾਂ ਦੀ ਲੈਣ ਆਈ ਸੀ ਤੇ ਮੋਰਨੀ ਤੇ ਇਹ ਵਾਪਸ ਗਏ ਨਹੀਂ ਹੈਗੇ ਵਾਪਸ ਇੱਥੇ ਗਿੱਜ ਗਏ ਘੋੜਿਆਂ ਦੇ ਨਾਲ ਰਹਿੰਦੇ ਚਕੋਰਾਂ ਦੇ ਨਾਲ ਰਹਿੰਦੇ ਮੁਰਗੀਆਂ ਵਿੱਚ ਖਾਂਦੇ ਪੀਂਦੇ ਤੇ ਉਹਨਾਂ ਨੂੰ ਵੇਖ ਕੇ ਪੈਲਾਂ ਪਾਉਂਦੇ ਆਏ ਠੀਕ ਹੈ ਹਾਂਜੀ ਦੋਸਤੋ ਹੁਣ ਇੱਕ ਰਹਿ ਗਿਆ ਇਹਨਾਂ ਦਾ ਆਪਣਾ ਜਿਹੜਾ ਸਟਾਲੀਨ ਗਾੜੀ ਤਿਆਰ ਕਰਦੇ ਪਏ ਉਹਦੇ ਬਾਰੇ ਲੈਣੇ ਡਿਟੇਲ ਆਇਓ ਵੀਰ ਜੀ ਦੱਸਿਓ ਲਾ ਕੇ ਜਾ ਕੇ ਬਾਈ ਜੀ ਆਪਾਂ ਤੁਸੀਂ ਨਾਲ ਹੀ ਬਾਈ ਜੀ ਆਪਾਂ ਇਹ ਖਰੀਦਿਆ ਸੀ ਇਹਦੀ ਮਾਂ ਹੀ ਨਾਲ ਅਸੀਂ 9 ਮਹੀਨਿਆਂ ਦਾ ਬੱਚਾ ਖਰੀਦਿਆ ਸੀ ਮਾਂ ਦੇ ਨਾਲ ਹੁਣ ਇਸ ਵਕਤ ਇਹਦੀ ਉਮਰ 28 ਮਹੀਨੇ ਹੋ ਗਈ ਠੀਕ ਹੈ ਮਾਂ ਮਾਂ ਤੇ ਕਾਫੀ ਕਰਦਾ ਹੋਵੇ ਨਹੀਂ ਪਿਆਰ ਤਾਂ ਬਹੁਤ ਕਰਦਾ ਸੀ ਪਿਆਰ ਨਾਲ ਰੱਖਿਆ ਨਾ ਇਹਨੂੰ ਹੱਥ ਉੱਤ ਫੇਰੀਦਾ ਆ ਇਸ ਕਰਕੇ ਪਿਆਰ ਕਰਦਾ ਇਹਨੂੰ ਕੋਈ ਕੁੱਟੀ ਦਾ ਮਾਰੀਦਾ ਨਹੀਂ ਹੈਗਾ ਜੀ ਜਿਵੇਂ ਕਈ ਲੋਕ ਕਹਿ ਦਿੰਦੇ ਆ ਵੀ ਘੋੜੇ ਬਹੁਤ ਖਤਰਨਾਕ ਜਾਨਵਰ ਆ ਇਸ ਤੋਂ ਪਤਾ ਚੱਲਦਾ ਹੈ ਕਿੰਨਾ ਇਹ ਮਤਲਬ ਮੁਹੱਬਤ ਕਰਦਾ ਹੈ ਕਿੰਨੀ ਸੋਹਣਾ ਪਿਆਰ ਆ ਦੇਖੋ ਕੋਈ ਖਤਰਨਾਕ ਵਾਲੀ ਗੱਲ ਨਹੀਂ ਹੈ ਜੀ ਦਰਅਸਲ ਗੱਲ ਤਾਂ ਹੈ ਕਿ ਜਦੋਂ ਲੋਕ ਘੋੜੇ ਨੂੰ ਜ਼ਿਆਦਾ ਤੰਗ ਕਰਨਗੇ ਉਹਨੂੰ ਅਕਸਾਉਣਗੇ ਕੋਈ ਮਾਰਨਗੇ ਜਾਂ ਕੋਈ ਆਪਣਾ ਬੰਦਾ ਜਿਹੜਾ ਰੱਖਿਆ ਉਹ ਮਾਰੂਗਾ ਜਾਂ ਕੁਛ ਵੀ ਕਰੂਗਾ ਘੋੜੇ ਵੱਢਣ ਡੈ ਪੈਂਦੇ ਜਾਂ ਲਗਾਮ ਜ਼ਿਆਦਾ ਤਿੱਖੀ ਪਾਉਣ ਕਰਕੇ ਸ਼ਾਰਪ ਲਗਾਮ ਪਾਉਣ ਕਰਕੇ ਘੋੜੇ ਵੱਢਣ ਡੈ ਪੈਂਦੇ ਜਦੋਂ ਆਪਾਂ ਖਿੱਚਾ ਖੁੱਚਾ ਮਾਰਦੇ ਹਾਂ ਇਸ ਕਰਕੇ ਨੋਰਮਲ ਲਗਾਮ ਦੋ ਘੋੜੇ ਨੂੰ ਪਿਆਰ ਦੇ ਨਾਲ ਖਿਲਾਰੋ ਲਗਾਮ ਦਾ ਓਨਾ ਖਿੱਚਾ ਦੋ ਜਿੰਨਾ ਝੱਲਦਾ ਓਵਰਲੋਡ ਇੱਥੇ ਕੋਈ ਦਾਬੂ ਨਾ ਕਰੋ ਤੰਗ ਨਾ ਕਰੋ ਲਾਈਨ ਕਿਹੜੀ ਹੈ ਵੀ ਦੱਸ ਦੇ ਕਰ ਆਪਣੇ ਸੱਜਣ ਲੈਣੇ ਬੋਰ ਬਲੱਡ ਲੈਣ ਚ ਆਇੰਦਾ ਜੀ ਤੇ ਇਹ ਪਾਕਸਰ ਰਾਜਵੀਰ ਬਰਾਲ ਵਾਲੇ ਵੱਡੇ ਘੋੜੇ ਦਾ ਬੱਚਾ ਹੈ ਜੀ ਠੀਕ ਹੈ ਜੀ ਇਹ ਮਤਲਬ ਗਾੜੀ ਸਟਾਰ ਸਰਵਿਸ ਲਈ ਓਪਨ ਹੈ ਹਾਂ ਜੀ ਇਹ ਕਰ ਦਾਂਗੇ ਓਪਨ ਜੀ ਥੋੜੇ ਦੇਰ ਤੱਕ ਠੀਕ ਹੈ ਜੀ ਦੋਸਤੋ ਤੁਸੀਂ ਇਹਨਾਂ ਦੀ ਪਿਛਲੀ ਵੀਡੀਓ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਉਹਦੇ ਵਿੱਚ ਸਾਰੀ ਡਿਟੇਲ ਦਿੱਤੀ ਹੋਈ ਆਪਾਂ ਵੀ ਕੀ ਲਾਈਨ ਹੈ ਇਕੱਲੀ ਇਕੱਲੀ ਚੀਜ਼ ਦੱਸੀ ਹੋਈ ਆ ਨੰਬਰ ਹੀ ਦਿੱਤਾ ਆ ਚਲੋ ਇਸ ਦੇ ਵਿੱਚ ਦਵਾਂਗੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਕੰਟੈਕਟ ਕਰ ਸਕਦਾ ਤੇ ਉੱਧਰ ਬਾਈ ਆਪਣੇ ਫਿਰ ਸਾਰੇ ਜਾਨਵਰ ਜਿਹੜੇ ਆ ਕਿ ਇਹ ਇਦਾਂ ਹੀ ਛੱਡ ਛੱਡਦੇ ਤੁਸੀਂ ਚੁਗਣ ਦੇ ਵਾਸਤੇ ਹਾਂਜੀ ਇਹ ਜੀ ਖੁੱਲੇ ਰਹਿੰਦੇ ਜਾਨਵਰ ਠੀਕ ਹੈ ਜੀ ਹਾਂਜੀ ਇਹਨਾਂ ਨੂੰ ਮਤਲਬ ਰੱਖਦੇ ਨਹੀਂ ਕਿਤੇ ਨਹੀਂ ਰਾਤ ਸ਼ਾਮਾਂ ਨੂੰ ਜੀ ਇਹ ਆਪਣੇ ਆਪਣੇ ਕਮਰੇ ਵੱਖੋ ਵੱਖ ਸੈਟਲਾਈਟ ਇਹਨਾਂ ਦੇ ਬਣੇ ਆ ਜੀ ਆਪ ਵੱਖੋ ਵੱਖ ਆਪਣੇ ਕਮਰਿਆਂ 'ਚ ਵੜ ਜਾਂਦੇ ਆਪੇ ਹਾਂਜੀ ਸ਼ੋਭਾ ਫਿਰ ਜ਼ਿਆਦਾ ਠੰਡ ਜਦੋਂ ਮੱਲ ਹੋਵੇ ਤਾਂ ਫਿਰ 12-1 ਵਜੇ ਛੱਡੀ ਦੇ ਆ ਜੀ ਤੇ ਜੇ ਨੋਰਮਲ ਟੈਂਪਰੇਚਰ ਮੱਲ ਹੋਵੇ ਤਾਂ ਫਿਰ ਸਵੇਰੇ 9-10 ਵਜੇ ਛੱਡ ਦੇ ਜੀ ਠੀਕ ਹਾਂਜੀ ਆਇਓ ਦੋਸਤੋ ਗਾੜੀ ਬਾਈ ਦੇ ਨਾਲ ਚੱਲਦੇ ਹਾਂ ਜਗਰਾਏ ਆਇਆ ਤੂੰ ਵੀ ਆਇਆ ਨਾਲ ਹੀ ਲਾਗੇ ਜਾ ਕੇ ਦਿਖਾਉਂਦੇ ਹਾਂ ਕਿਹੜਾ ਜਾਨਵਰ ਕੀ ਨਾਮ ਆ ਅਤੇ ਕਈ ਬਰੀਡ ਆ ਉਹਨਾਂ ਦੀ ਆਜੋ ਦੱਸਦੇ ਹਾਂ ਬਾਈ ਜਿਹੜੇ ਆ ਇੱਕ ਤਿੱਤਰੇ ਮਿੱਤਰੇ ਹੀ ਆ ਇਹਦੇ ਬਾਰੇ ਦੱਸੀ ਵੀ ਇਹ ਕਿਹੜੇ ਜਾਨਵਰ ਬਾਈ ਜੀ ਇਹ ਚਕੋਰਾ ਆ ਇੱਕ ਆ ਫੀਮੇਲ ਆ ਅਤੇ ਇੱਕ ਦੋ ਫੀਮੇਲ ਇੱਕ ਮੇਲ ਆ ਤੇ ਇਹ ਜਿਹੜੇ ਪੁਰਾਣੀ ਵੱਡੀ ਮੇਲ ਇਹ ਫੀਮੇਲ ਆ ਇਹਦੇ ਨਾਲ ਦੇ ਜਿਹੜੇ ਮੇਲ ਸੀ ਉਹ ਮਰ ਗਏ ਕੁੱਤੇ ਨੇ ਮਾਰਤੇ ਸੀ ਅਵਾਰਾ ਕੁੱਤੇ ਆ ਗਏ ਸੀ ਸਾਡੇ ਲਾਗੇ ਸਾਡੇ ਰੋੜੇ ਦੇ ਤੇ ਉਹ ਦੋ ਮੈਂ ਫਿਰ ਜਿਹੜੇ ਜੋੜਾ ਉਹ ਫਿਰ ਮੁਕਤਸਰ ਤੋਂ ਲੈ ਕੇ ਆਇਆ ਐਰਕਾ ਮਾਘੀ ਮੇਲੇ ਤੋਂ ਠੀਕ ਹੈ ਜੀ ਤੇ ਇਹ ਬਾਈ ਕਾਹਦੇ ਵਾਸਤੇ ਵਰਤਦੇ ਇਹਨਾਂ ਦੇ ਆਂਡੇ ਉਂਡੇ ਵਗੈਰਾ ਸੇਲ ਕਰਦੇ ਜਾਂ ਕਿਵੇਂ ਆਂਡੇ ਖਾਂਦੇ ਵਗੈਰਾ ਨਹੀਂ ਆਂਡੇ ਅਸੀਂ ਖਾਂਦੇ ਤਾਂ ਨਹੀਂ ਇਹਨਾਂ ਦੇ ਬੱਚੇ ਕਢਾ ਲੈਂਦੇ ਜੀ ਅਸੀਂ ਤੇ ਫਿਰ ਅਸੀਂ ਸੇਲ ਕਰ ਦਿੰਦੇ ਹਾਂ ਜੀ ਹਾਂਜੀ ਕਿੰਨੇ ਕਦੇ ਆਂਡੇ ਗਾੜੀ ਬੱਚੇ ਇਹਨਾਂ ਦੇ ਸੇਲ ਮਤਲਬ ਜੇ ਰੱਖਿਆ ਸ਼ੌਂਕ ਤੇ ਮਤਲਬ ਜੇ ਮੰਨ ਲਓ ਛੋਟੇ ਬੱਚੇ ਦੇਣੇ ਹੋਣ ਵੱਧ ਤੋਂ ਵੱਧ 800 ਤੋਂ ਲੈ ਕੇ 1000 ਰੁਪਏ ਦਾ ਜੋੜਾ ਤੇ ਜੇ ਵੱਡੇ ਮੰਨ ਲਓ ਫੀਮੇਲ ਆਂਡਿਆਂ ਵਾਲੇ 1500 ਤੋਂ ਲੈ ਕੇ 2000 ਤੱਕ ਵੱਖੋ ਵੱਖ ਕੁਆਲਿਟੀਆਂ ਆਉਂਦੀਆਂ ਇਹਨਾਂ ਵਿੱਚ ਠੀਕ ਹੈ ਜੀ ਜਿਹੜੇ ਕਚੋਰਾ ਕਹਿ ਦਿੰਦੇ ਨੂੰ ਹਾਂ ਚਕੋਰਾ ਕਹਿ ਦਿੰਦੇ ਚਕੋਰਾ ਕਹਿੰਦੇ ਆ ਹਾਂਜੀ ਠੀਕ ਹੈ ਜੀ ਤੇ ਇਹ ਕਿੰਨੇ ਕੁ ਟਾਈਮ ਦੀ ਉਮਰ ਤੇ ਹੋ ਕੇ ਜਾ ਕੇ ਆਂਡੇ ਦੇਣੇ ਸ਼ੁਰੂ ਕਰਦੇ ਜਾਂ ਕਿੰਨੇ ਟਾਈਮ ਤੱਕ ਦਿੰਦੇ ਇਹ 6 ਤੋਂ ਲੈ ਕੇ 8 ਮਹੀਨੇ ਤੱਕ ਲੈ ਕੇ ਆਂਡੇ ਦੇਣੇ ਸ਼ੁਰੂ ਸਟਾਰਟ ਕਰ ਦਿੰਦੇ ਜੀ ਠੀਕ ਹੈ ਜੀ ਹਾਂਜੀ ਤੇ ਕਿੰਨੇ ਆਂਡੇ ਦਿੰਦੇ ਜੀ ਇਹ ਆਂਡੇ ਲਗਾਤਾਰ ਹੀ ਦੇਈ ਜਾਂਦੇ ਆ ਜੀ ਠੀਕ ਹੈ ਜੀ ਕੁਝ ਮਹੀਨਾ ਮੁਰਗੀਆਂ ਤੇ ਵਾਂਗੀ ਨਹੀਂ ਮੁਰਗੀਆਂ ਤੋਂ ਵੱਧ ਦਿੰਦੇ ਆਂਡੇ ਠੀਕ ਹੈ ਮੁਰਗੀਆਂ ਤੋਂ ਵੱਧ ਦਿੰਦੇ ਆਂਡੇ ਠੀਕ ਹੈ ਜੀ ਤੇ ਮਤਲਬ ਖਾਣ ਵਾਸਤੇ ਮਤਲਬ ਹੁੰਦੇ ਬੈਨੀਫਿਟ ਵਾ ਜਿੱਦਾਂ ਨਹੀਂ ਖਾਣ ਦਾ ਤਾਂ ਪਤਾ ਨਹੀਂ ਜੀ ਨਾ ਹੀ ਅਸੀਂ ਕਦੀ ਵੱਡੀ ਹੈ ਨਾ ਹੀ ਕਦੀ ਪਤਾ ਲੱਗਾ ਬਾਕੀ ਇਹ ਖਾਣ ਦਾ ਤਾਂ ਮੈਨੂੰ ਕਹਿ ਸਕਦੇ ਐਗ ਵਗੈਰਾ ਤਾਂ ਖਾਣ ਨੂੰ ਠੀਕ ਹੈ ਜੀ ਮੁਰਗੀ ਨਾਲ ਦਾ ਹੀ ਐਗ ਹੁੰਦਾ ਇਹਨਾਂ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੇ ਉਹ ਗਾੜੀ ਮੁਰਗੀਆਂ ਜੀ ਆਪਣੇ ਕੋਲ ਹਾਂਜੀ ਇਹ ਸੀਲ ਜਾਨਵਰ ਹੈ ਜੀ ਠੀਕ ਹੈ ਹਾਂਜੀ ਦੋਸਤੋ ਗਾੜੀ ਆਪਾਂ ਗੱਲ ਕਰਦੇ ਆ ਮੁਰਗੀਆਂ ਵੀ ਇਹਨਾਂ ਪੁੱਛਦੇ ਕਿਹੜੀ ਕਿਹੜੀ ਬਰੀਡ ਦੀਆਂ ਇਹਨਾਂ ਕੋਲ ਮੁਰਗੀਆਂ ਵਾ ਤੇ ਇਹਨਾਂ ਦਾ ਮਤਲਬ ਕੀ ਯੂਜ਼ ਕਰਦੇ ਆ ਕਿੰਨੇ ਕਦੇ ਆ ਜਾਂਦਾ ਬਾਈ ਦੱਸੀ ਮਾੜਾ ਜਿਹਾ ਵੀ ਕਿਹੜੀ ਕਿਹੜੀ ਬਰੀਡ ਦੀਆਂ ਇਹਨੇ ਤੇਰੇ ਬਾਈ ਜੀ ਮੇਰੇ ਕੋ ਬਰੀਡ ਐਸ ਮੁਕੇ ਤਾਜ ਠੀਕਰ ਤੇ ਜਾਵੇ ਆ ਮੇਰੇ ਕੋ ਜਾਂ ਸਲੇਟੀ ਰੰਗ ਦੇ ਆ ਜਾਨਵਰ ਲਾਲ ਸਲੇਟੀ ਨਹੀਂ ਮੁਰਗੀਆਂ ਦਾ ਨਹੀਂ ਇਹ ਰੰਗ ਮੈਂ ਮੁਰਗੀਆਂ ਨਾਲ ਦੱਸਣ ਡਿਆ ਜੀ ਲਾਲ ਸਲੇਟੀ ਤੇ ਮੁਰਗੀਆਂ ਇੱਕ ਸਲੇਟੀ ਆ ਜਾਂਦੀ ਆ ਆ ਜਾਵੀ ਮੁਰਗੀ ਇੱਧਰ ਠੀਕਰ ਤੁਰੀ ਫਿਰਦੀ ਜੀ ਪੁਰਾਣੀ ਬਲੱਡ ਲੈਣਾ ਜਿਹੜੀ ਡੈਡੀ ਹੁਣੀ ਰੱਖਦੇ ਰਹੇ ਆ ਜੀ ਉਹਨਾਂ ਬਲੱਡ ਲੈਣਾ ਚ ਬਣੀ ਮੁਰਗੀ ਹੈ ਠੀਕ ਹੈ ਜੀ ਹਾਂਜੀ ਤੇ ਇਹ ਜਿਹੜੇ ਮੁਰਗੇ ਤੁਸੀਂ ਆਂਡਿਆਂ ਲਈ ਆਪਣੇ ਵਰਤਦੇ ਪਏ ਇਹ ਮੁਰਗੇ ਨਹੀਂ ਜੀ ਆਂਡਿਆਂ ਵਾਸਤੇ ਨਹੀਂ ਇਹ ਮੁਰਗੀਆਂ ਦੇ ਜਦੋਂ ਆਂਡੇ ਦਿੰਦੀਆਂ ਇਹਨਾਂ ਦੇ ਬੱਚੇ ਕਢਾ ਲਈਦੇ ਆ ਤੇ ਜਦੋਂ
ਵੱਡੇ ਹੋਣ ਤਾਂ ਅਸੀਂ ਸੇਲ ਵੀ ਕਰ ਦਈਦੇ ਆ। ਠੀਕ ਹੈ, ਕਿੰਨੇ ਕੁ ਦਾ ਸੇਲ ਹੋ ਜਾਂਦਾ ਇਹਨਾਂ ਦਾ ਬੱਚਾ? ਕੋਈ ਵੱਡਾ ਮੁਰਗਾ ਜਿਹੜਾ ਚੰਗਾ ਵਧੀਆ ਆ ਉਹ 5 ਤੋਂ ਲੈ ਕੇ 7 ਹਜ਼ਾਰ ਤੱਕ ਵੀ ਵਿਕ ਜਾਂਦਾ। ਹਾਂ, ਤੇ ਜਿਹੜੇ ਛੋਟੇ ਜੋੜੇ ਆ 2,000-3,000 ਦੇ ਵੱਖ ਵੱਖ ਕਿਸਮਾਂ ਦੇ ਕੁਆਲਿਟੀਆਂ ਦੇ ਹਿਸਾਬ ਨਾਲ ਬ੍ਰੀਡ ਦੇ ਹਿਸਾਬ ਨਾਲ ਵਿਕਦੇ। ਠੀਕ ਹੈ ਜੀ, ਸ਼ੌਂਕ ਦੇ ਨਾਲ ਨਾਲ ਕਮਾਈ ਵੀ ਜਿਹੜੀ ਕਿ ਹੁੰਦੀ ਹੈ ਇਹਨਾਂ ਦੀ? ਕਮਾਈ ਵੀ ਹੋ ਜਾਂਦੀ ਹੈ ਜਦੋਂ ਲੋੜ ਹੋਵੇ ਤੇ ਅਸੀਂ ਜਾਨਵਰ ਵੇਚ ਦਿੰਦੇ ਹਾਂ ਜੀ। ਠੀਕ ਹੈ ਜੀ, ਤੇ ਕੀ ਇਹਨਾਂ ਨੂੰ ਖਾਣ ਦਾਣ ਲਈ ਕੀ ਦਿੰਦੇ, ਕੀ ਪਾਉਂਦੇ ਖਾਣ ਪੀਣ ਦੇ ਲਈ? ਖਾਣ ਲਈ ਜੀ ਇਹਨਾਂ ਨੂੰ ਸਵੇਰੇ ਸਖਤੇ ਤੇ ਆਪਾਂ ਜਿੱਦਾਂ ਮੰਨ ਲਓ ਖੁੱਲੇ ਛੱਡ ਦਈਦੇ ਆ ਜੀ, ਤੇ 2 ਘੰਟੇ ਬਾਅਦ ਬਾਜਰਾ ਤੇ ਕਣਕ ਪਾਈ ਦੀ ਹੈ ਜੀ, ਜਾਂ ਰੋਟੀ ਵਗੈਰਾ ਪਾ ਦਈ ਦੀ ਜੇ ਆਪਣੀ ਇੱਛਾ ਦੇ ਮੁਤਾਬਕ। ਠੀਕ ਹੈ, ਤੇ ਬਿਮਾਰੀਆਂ ਬਿਮਾਰੀਆਂ ਕੀ ਲੱਗਦੀਆਂ ਇਹਨਾਂ ਨੂੰ ਜਿਹਨਾਂ ਤੋਂ? ਬਿਮਾਰੀਆਂ ਜੀ ਇਹਨਾਂ ਨੂੰ ਰਣੀਕੇਤ ਪਹਿਲੇ ਨੰਬਰ ਤੇ, ਰਣੀਕੇਤ ਸਭ ਤੋਂ ਵੱਡੀ ਬਿਮਾਰੀ ਉਹ ਖੁੱਡੇ ਦੀ ਗੰਦਗੀ ਕਰਕੇ ਆਉਂਦੀ ਹੈ। ਠੀਕ ਹੈ, ਹਾਂ, ਜਿਹੜਾ ਜਿੱਥੇ ਰਹਿਣ ਦੇ ਉੱਥੇ ਗੰਦਗੀ ਹੋਵੇ, ਬਿੱਠਾ ਬੁੱਠਾ ਹੋਣ, ਉਹਦੇ ਕਰਕੇ ਆ ਜਾਂਦੀ ਹੈ। ਜਾਂ ਕੋਈ ਖੁੱਡੇ ਨੂੰ ਸਾਫ਼ ਰੱਖਣਾ ਪਏ, ਖੁੱਡੇ ਨੂੰ ਸਾਫ਼ ਰੱਖੋ। ਠੀਕ ਹੈ, ਤੇ ਉਦਾਂ ਕਿੰਨੀ ਕੁ ਉਮਰ ਹੁੰਦੀ ਹੈ ਇੱਕ ਮੁਰਗੀ ਦੀ ਗੱਲ? ਮੁਰਗਾ ਜੀ ਜਿੱਥੋਂ ਤੱਕ ਮੈਂ ਆਪਣੀ ਹੋਸ਼ ਸੰਭਾਲੀ, ਮੇਰੇ ਕੋਲ ਖੁਦ 8 ਸਾਲ ਦਾ ਮੁਰਗਾ ਰਿਹਾ ਜੀ। ਠੀਕ ਹੈ, ਹਾਂ, ਮੈਂ ਆਪਣੇ ਹੱਥੀਂ ਸਾਂਭੇ 8 ਸਾਲ ਦਾ ਮੁਰਗਾ ਤੱਕ। ਕਾਫੀ ਉਮਰ ਮਤਲਬ ਕਰ ਜਾਂਦੇ ਨੇ। ਠੀਕ ਹੈ ਬਾਈ, ਇੱਕ ਵਾਰੀ ਅਸੀਂ ਪਿੱਛੇ ਦੱਸੀ ਸਾਨੂੰ ਮੋਰਾ ਦੇ ਨਾਲ ਇੱਕ ਉਹ ਬਲੈਕ ਜਿਹੀਆਂ ਮੁਰਗੀਆਂ ਵੀ ਆ, ਉਹਨਾਂ ਦੀ ਬਰੀਡ ਕਿਹੜੀ ਆ? ਜਾਂ ਬਰੀਡ ਹੈ ਜੀ ਉਹ ਤੇ ਇੱਕ ਪਿਓਰ ਕੜਕਨਾਥ ਮੁਰਗੀ ਆ ਜੀ ਉਹ। ਹਾਂ, ਬਾਕੀ ਉਹ ਮਿਕਸ ਪੈ ਗਈ ਆ ਸੀਲ ਮੁਰਗੀਆਂ ਨਾਲ। ਠੀਕ ਹੈ, ਹਾਂ, ਇਹ ਮਤਲਬ ਕੜਕਨ ਆ ਗਏ, ਵੱਖਰੀ ਨਸਲ ਆਏ ਦੀ ਆ? ਇਹ ਥੋੜੇ ਕੜਕਨਾਥ ਹੈ ਜੀ, ਥੋੜੇ ਮਹਿੰਗੇ, ਹੋਰ ਇਹ ਕਾਲੀ ਚਮੜੀ ਚ ਆ ਜਾਂਦੇ ਆ, ਕਾਲੀ ਚਮੜੀ ਆ ਤੇ ਕਾਲੀ ਅੱਖ ਇਹਨਾਂ ਦੀ। ਬੱਚੇ ਜਿੱਦਾਂ ਮੰਨ ਲਓ ਬੱਚੇ 2-3 ਦਿਨਾਂ ਦੇ ਆ, ਉਹ 150 ਦਾ ਇੱਕ ਪੀਸ ਆ ਜਾਂਦਾ। ਠੀਕ ਹੈ, ਤੇ ਇਹ ਮਤਲਬ ਆਂਡਾ ਕਿੰਨੇ ਕੁ ਦਾ ਵਿਕਦਾ ਇਹਨਾਂ ਦਾ? ਆਂਡਾ ਬਾਈ ਉਦਾਂ ਵੇਚਿਆ ਨੀ ਅਸੀਂ ਕਦੀ, ਤੇ ਉਦਾਂ ਲੋਕ ਕਹਿੰਦੇ ਨੇ ਵੀ 40 ਰੁਪਏ ਤੋਂ ਲੈ ਕੇ 60 ਰੁਪਏ ਦਾ ਆਂਡਾ ਇਹਨਾਂ ਦਾ ਵੇਚਦਾ। ਠੀਕ ਹੈ ਜੀ, ਠੀਕ ਹੈ ਜੀ। ਤੇ ਦੋਸਤੋ, ਜਿਵੇਂ ਤੁਸੀਂ ਇਹਨਾਂ ਦੇ ਦੇਖ ਰਹੇ ਆ, ਸ਼ੌਂਕ ਕਿੰਨੇ ਵੱਲੇ ਆ, ਹਰੇਕ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਇਹਨਾਂ ਨੇ, ਚਕੋਰਾਂ ਨੇ, ਮੋਰ ਵੀ ਰੱਖੇ ਹੋਏ ਨੇ, ਤੇ ਮੁਰਗੇ ਵੀ ਕਾਫੀ ਨਸਲਾਂ ਦੇ ਰੱਖੇ ਹੋਏ ਆ, ਤੇ ਬਾਈ ਹੋਣਾਂ ਨਾਲ ਹੋਰ ਕਬੂਤਰ ਵਗੈਰਾ ਵੀ ਰੱਖੇ ਹੋਏ ਨੇ। ਅੱਜ ਦਿਖਾਉਂਦੇ ਆ ਬਾਈ ਦੇ ਕਬੂਤਰ ਆ, ਕਿੰਨਾ ਕੁ ਸ਼ੌਂਕ ਆ ਬਾਈ ਨੂੰ ਕਬੂਤਰਾਂ ਦਾ, ਕਿਹੜੀ ਕਿਹੜੀ ਨਸਲ ਆ, ਤੇ ਕਿੱਦਾਂ ਇਹਨਾਂ ਦੇ ਮਤਲਬ ਦੇਖਭਾਲ ਕਰਦੇ ਆ, ਜੋ ਕਰਦੇ ਆ ਗੱਲਬਾਤ ਬਾਈ ਨਾਲ ਸਾਰੀ। ਬਾਈ ਇਹ ਆਪਣੇ ਗਾੜੀ ਹੋਣਾ ਇੱਥੇ ਆ ਗਏ ਕਬੂਤਰ, ਬੱਚੇ ਵੀ ਕੱਢੇ ਹੋਏ ਨੇ ਜਾਨਵਰਾਂ ਨੇ ਬੱਚੇ ਵੀ ਕੱਢੇ ਹੋਏ ਨੇ, ਕੁਛ ਉਹ ਖੁੱਡਿਆਂ ਵਿੱਚ ਡੱਕੇ ਹੋਏ ਨੇ। ਹਾਂਜੀ, ਆਹ ਵੇਖੋ ਬੱਚੇ ਕੱਢੇ ਨੇ ਜੋੜਿਆਂ ਨੇ, ਇਵੇਂ ਵਿੱਚੇ ਦੇ ਦਿੰਦੇ ਨਾਲ ਦੀ ਨਾਲ ਨੋਰਮਲੀ ਬੱਚੇ ਸਿੱਧੇ ਹੀ? ਨਹੀਂ, ਬੱਚੇ ਅਸੀਂ ਇਹ ਛੋਟੇ ਨਹੀਂ ਭੇਜਦੇ ਜੀ। ਠੀਕ ਹੈ ਜੀ, ਹਾਂਜੀ, ਤੇ ਮਤਲਬ ਇਹਨਾਂ ਨੂੰ ਕੀ ਦਾਣਾ ਵਗੈਰਾ? ਦਾਣਾ ਇਹਨਾਂ ਨੂੰ ਉਹੀ ਕੁੱਕੜਾਂ ਵਾਲੇ, ਦੂਜਾ ਬਾਜਰਾ ਤੇ ਕਣਕ ਪਾਉਂਦੇ ਆ ਜੀ ਆਪਾਂ। ਠੀਕ ਹੈ ਜੀ, ਹਾਂਜੀ, ਤੇ ਇਹ ਸ਼ੌਂਕ ਰੱਖ ਆਪਣੀ ਮੁਕਤਸਰ ਤੋਂ ਲਿਆਂਦੇ ਸੀ ਜੀ 4 ਕਬੂਤਰ, ਉਹਨਾਂ ਤੋਂ ਹੀ ਗਾੜੀ ਫਿਰ ਵਧਦਾ ਗਿਆ। ਕੁਛ ਮੇਰੇ ਸੱਜਣ ਮਿੱਤਰਾਂ ਨੇ ਮੈਨੂੰ ਗਿਫਟ ਵੀ ਕੀਤੇ ਆ 2-4 ਕਬੂਤਰ। ਹਾਂਜੀ, ਠੀਕ ਹੈ, ਤੇ ਇਹ ਵੀ ਗਾੜੀ ਸੇਲ ਵਗੈਰਾ ਕਰ ਲੈਂਦੇ? ਨਹੀਂ ਜੀ, ਇਹ ਸੇਲ ਨਹੀਂ ਕਰਦੇ, ਇਹ ਸ਼ੌਂਕੀ ਤੌਰ ਤੇ ਉਦਾਂ ਰੱਖੇ ਆ ਜੀ, ਪੱਕੇ ਰੱਖੇ ਤੇ ਉੱਡਦੇ ਨਹੀਂ ਜਿਵੇਂ ਛੱਡੀਏ ਬਾਹਰ? ਨਹੀਂ, ਉੱਡਦੇ ਆ ਘੰਟਾ 2-2 ਘੰਟੇ ਵੀ ਉੱਡਦੇ ਆ ਆਪੇ ਆਪਣੀ ਮਰਜ਼ੀ ਨਾਲ, ਡਾਈ ਦੇਣੀ ਆ ਆਪੇ ਉੱਡ ਜਾਣ ਤਾਂ ਉੱਡ ਜਾਣ। ਹਾਂ ਹਾਂਜੀ ਦੋਸਤੋ, ਹੁਣ ਬਾਈ ਨਾਲ ਕਰਦੇ ਆ ਗੱਲਬਾਤ ਵੀ, ਆਹ ਜਿਹੜਾ ਇਹਨਾਂ ਨੇ ਬਣਾਇਆ ਸਿਸਟਮ ਪੂਰਾ ਕਿੱਦਾਂ ਬਣਾਇਆ, ਕਿਵੇਂ ਦਾ ਬਣਾਇਆ, ਤੇ ਕਿੱਥੋਂ ਦੇ ਕੇ ਇਹਨਾਂ ਨੇ ਬਣਾਇਆ, ਜਾਂ ਕਿੰਨੇ ਕੁ ਪੈਸੇ ਲੱਗੇ, ਕਾਹਦੇ ਵਾਸਤੇ ਬਣਾਇਆ, ਕਰਦੇ ਗੱਲਬਾਤ। ਕਾਫੀ ਖੁੱਡੇ ਆ ਮੇਰੇ ਸਾਨੂੰ, 3 ਬਾਰੀਆਂ ਜਿਹੇ ਥੱਲੇ ਲੱਗੀਆਂ ਵਾ, ਖਾਨੇ ਬਣਾਏ 3 ਉੱਪਰ ਆ, ਤੇ ਕਰਦੇ ਆ ਬਾਈ ਇਹ ਦੱਸਿਓ ਮਤਲਬ ਕਾਹਦੇ ਵਾਸਤੇ ਤੁਸੀਂ ਇਹ ਬਣਵਾਇਆ ਵਾ ਤੇ ਕੀ ਪ੍ਰੋਸੀਜਰ? ਇਹ ਜੀ ਮੁਰਗਿਆਂ ਵਾਸਤੇ ਬਣਾਇਆ ਆਪਾਂ ਜੀ, ਜਦੋਂ ਮੰਨ ਲਓ ਕੋਈ ਮੁਰਗੀ ਬੱਚੇ ਵਗੈਰਾ ਕੱਢਦੀ, ਉਹ ਸੈਟਲਮੈਂਟ ਕਰਨੀ ਉਹਦੀ ਔਖੀ ਹੋ ਜਾਂਦੀ ਆ ਜੀ, ਉਹਦੇ ਵਾਸਤੇ ਬਣਾਇਆ ਆਪਾਂ ਵੀ ਇਹ ਜਿਹੜੀ ਮੁਰਗੀ ਵਾ ਆਪਣੇ ਬੱਚੇ ਕੱਢੇ ਉਹ ਵੱਖਰੇ ਹੀ ਲੈ ਕੇ ਵੱਖਰੇ ਆਪਣੇ ਰੂਮ 'ਚ ਬੈਠੀ ਰਹੇ, ਕੋਈ ਜਾਨਵਰ ਬਾਹਰ ਦਾ, ਕੋਈ ਜਾਨਵਰ, ਕੋਈ ਕੁੱਤਾ ਜਾਂ ਕੋਈ ਹਮਲਾ ਨਾ ਕਰ ਸਕੇ, ਕੋਈ ਜਾਨ ਨਾ ਲੈ ਸਕੇ ਬੱਚੇ ਦੀ, ਇਸ ਕਰਕੇ ਵੱਖ ਵੱਖ ਕਮਰੇ ਬਣਾਏ ਆ ਜੀ। ਠੀਕ ਹੈ, ਹਾਂਜੀ, ਤੇ ਜਿਵੇਂ ਤੁਸੀਂ ਯਾਰੀਆਂ ਲਾਈ ਉੱਪਰ ਕਵਰ ਕੀਤਾ, ਇਹ ਮਤਲਬ ਠੰਡ ਰੋਕਣ ਦੇ ਲਈ ਮਤਲਬ ਕਵਰ ਕੀਤਾ? ਜਿਹੜੇ ਕੁਝ ਤੱਪੜ ਪਾਏ ਆ ਜੀ, ਇਹ ਠੰਡ ਰੋਕਣ ਵਾਸਤੇ ਪਾਏ ਆ ਜੀ, ਬਾਕੀ ਜਦੋਂ ਗਰਮੀ ਆਉਣੀ ਆ ਆਪਾਂ ਲਾ ਦੇਣੇ ਆ ਜੀ, ਖੁੱਲੇ ਹਵਾਦਾਰ ਕਮਰੇ ਬਣਾਏ ਨਾਲ। ਠੀਕ ਹੈ ਜੀ, ਆਪਦਾ ਏਰੀਆ ਕਿ ਜਾਂ ਕਿਸੇ ਕੋਲ ਦੇਖ ਕੇ ਮਤਲਬ ਇਵੇਂ ਦਾ ਤਿਆਰ ਕੀਤਾ ਤੁਸੀਂ ਵਿੱਚ ਮਿੱਟੀ ਵਗੈਰਾ ਪਾਈ ਸੀ ਮੇਰੇ ਹਿਸਾਬ ਨਾਲ? ਨਹੀਂ, ਅਸੀਂ ਜੀ ਇਹ ਵੇਖ ਕੇ ਬਣਾਇਆ ਜੀ, ਜਾਦੀ ਭਗਤੇ ਵਾਲਾ ਬਠਿੰਡੇ ਤੋਂ, ਉਹਦੇ ਅਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਵੇਖੀ, ਉਹਦੀ ਅਸੀਂ ਕਾਪੀ ਕਰਕੇ ਬਣਾਇਆ ਜੀ। ਠੀਕ ਹੈ ਜੀ, ਤੇ ਬਾਈ ਇੱਕ ਸਾਨੂੰ ਆਹ ਗੱਲ ਦੱਸੀ ਮਤਲਬ ਜਿਹੜੀ ਮੁਰਗੀ ਬੈਠੀ ਹੈ ਇੱਥੇ ਤੂੜੀ ਦੇ ਉੱਪਰ, ਤੇ ਨਾ ਤਾਂ ਹਿੱਲ ਰਹੀ ਹੈ ਨਾ ਤੁਰ ਫਿਰ ਰਹੀ ਹੈ, ਕੀ ਗੱਲ ਆ ਇਹ? ਬਾਈ ਜੀ ਇਹ ਬੱਚੇ ਕੱਢੂਗੀ 21 ਦਿਨਾਂ ਬਾਅਦ। ਠੀਕ ਹੈ, ਹਾਂਜੀ, ਤੇ ਇਹ ਢਾਈਆਂ ਦਿਨਾਂ ਤੋਂ ਲੈ ਕੇ 3 ਦਿਨਾਂ ਤੱਕ ਇਹ ਉੱਠੂਗੀ, ਉੱਠ ਕੇ ਦਾਣਾ ਖਾਊਗੀ ਤੇ ਪਾਣੀ ਪੀਊਗੀ, ਫਿਰ ਆਪਣੇ ਉੱਥੇ ਆਂਡਿਆਂ 'ਤੇ ਬਹਿ ਜੂਗੀ।
जे आपां इहनूं हथ लावांगे, मान लो हथ लावांगे ते इह गाड़ियों हरकत करूगी ऐसे इदां करके, लांडे भी पए ने। ये बचाव वास्ते अपनी आवाज दिंदी आ जी भी कोई जानवर ओपरा आउण दा लग्गे। बच्चे कढ दिंदी मुर्गी जी, मुर्गे दे निकलने 21 दिनां बाद, चकोर दे निकलदे 31 दिनां बाद, बखत निकलते जी वी बखत तो 41 दिन बाद, जी छोटी बखत 31 दिन बाद। ठीक है, पूरा नोट करके। हाँ जी पूरा। हाँ जी, जिदा जिन्ना चेर बच्चे निकलते उन्ना चेर उत्ते बैठी रही है, उत्ते बहुगी जी, 25 दिन बाद उठूगी दाना पानी खाने वास्ते सारे ने मतलब कढ के। हाँ जी ठीक है जी, ठीक है। ते ए गाड़ी हुण बच्चे फिर गाड़ी तैयार करोगे घर दे विच? फिर गाड़ी ब्रीडिंग तैयार करांगे जी। ठीक है। हाँ जी हाँ जी दोस्तों, जिवें तुसीं बाई दा अगे शौक देखिया मोरां दा, कबूतरां दा, जां कुकड़ां दा, घोड़ियां दा, ते उसदे नाल इक होर शौक वी बाई पा रहा, कुत्ते डैडी हुणी वी रखदे रहे, असीं वी रखदे रहे जी। ठीक है जी। हाँ जी, दो साल हो जाने जी, मार्च महीने विच कुत्ता। हाँ जी, जेड़ा मतलब घर दे मतलब खतरनाक ते नहीं है जिवें कि कह दिंदे पिटबुल? नहीं जी नहीं, असीं अपने जानवरां च वी छड्ड दिंदे आ जी, जे तुसीं कहोगे तां असीं खोल के वी अपने पशुआं च छड्ड दिंदे आ जी, कुक्कड़ां विच वी छड्ड दिंदे आपां, कोई कुत्ता सानूं कुछ वी नहीं कहिंदा जी। इहनूं गाड़ी ब्रीडिंग लई यूज़ करदे पएंगे जां नॉर्मली? नहीं जी, नॉर्मली रखिआ जी, मतलब गार्डिंग परपस दे लई रखिआ। नहीं नहीं, बस शौक लई रखिआ जी। ठीक है जी, ते गार्ड वगैरह किवें दा, मतलब राखी दे लई किवें दा? राखी लई जी बहुत वधिआ जी, कोई लोक कोई मान लो कोई जानवर नहीं इत्थे आ सकदा उपरा जी। जी हाँ, रोड विलर है, मदर अमेरिकन पेट बुल ही। हां जी, मिक्स ब्रीड आ गया जी। ठीक है, फेस मिक्स ब्रीड का। ते दोस्तों वेख सकते तुसीं, भाई ने चक के दिखाया, बिल्कुल भी खतरनाक नहीं है, कहना क्यूट आ, ते कलर बड़ा वधिया। भाई कलर केड़ा आया इसदा जी? भाई जी कलर दा तो पता नहीं, मिक्स ब्रीड है जी, ये ब्राउन है ते छाती ब्लैक है, वाइट है छाती जी, नोस ब्लैक है जी, चौवें जिहड़े पैर है भी वाइट है। ठीक है, इहदी किन्नी उम्र हो चुकी है जी? इहदी उम्र, इहदा जन्म होया 19 अगस्त दा 2021 दा। ठीक है। हाँ जी, ये काफी स्थान है दूसरे नाल, जिवें दूसरा समझदार है ते ये काफी स्थानीय करता पे। हाँ जी, ये थोड़ी जी उम्र थोड़ी छोटी दा ना, इस करके बचपन वाला हिसाब करता जी, भुड़कता कदी आण कदी आण। ठीक है जी। हाँ जी, ते दोस्तों जिवें तुसीं सारेयां ने वेखे आ वीर दे सारे शौक किन्ने वधिया पाले आ, जानवर रखे हुए, पंछी रखे हुए ने, ते भाई जी तुसीं की कहना चाहोगे अगे अपने देखण वालियां नूं, आउण वाले पीढ़ी नूं, जां जिन्ने अपने सज्जण मित्र गाड़ी शौक रखदे पए आ, की कहोगे उन्हां बारे शौक दे बारे? कोई भी शौक करना है दिलों करो, किसे जानवर कोई भी मान लो कोई खतरनाक जानवर आ वो बारे कोई माड़ा ना कोई करो, उन्होंने कुटो ना, उन्होंने कुछ ना करो, उन्होंने प्यार करो। ठीक है जी, बस यो कहना है भी सारे मतलब वधिया जनवर तैयार करो, तैयार करो, प्यार करो। दोस्तों तुसी वीडियो देखी है बाई दियां, तीन वीडियो आपां पाईआं वा, ते जिवें अगे इंटरव्यू घोड़ियां दी कल्ली पाई आपां, ते हुण सारे तुहानूं जनवर दिखाए आ, दस्सिओ किवें दी लगी वीडियो, ते कमेंट करके जरूर दस्सिओ जे तुहाडे कोल अजिहे जानवर आए, जिहा शौक तुसीं पालदे पए आ, काफ़ी जानवर रखे हुए, तो साढ़े डिस्क्रिप्शन में दिए नंबर से कॉन्टैक्ट करके दस सकते हैं, तो कमेंट करके जरूर दस्सिओ तुहानूं वीडियो किवें दी लगी, वधिया लगे तो अगे शेयर जरूर करो। धन्यवाद दोस्तों, मिलते हैं एक नवीं वीडियो के, जुड़े रहो अपने शौकी जट चैनल के नाल। धन्यवाद जी।